ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖ਼ਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ। ਕੈਨੇਡਾ ਖੁੱਲ੍ਹੇਆਮ ਕਰਨ ਲੱਗਾ ਭਾਰਤ ਵਿਰੋਧੀ ਸਰਗਰਮੀਆਂ ਦਾ ਸਮਰਥਨ। ਪੁਲਿਸ ਅਧਿਕਾਰੀਆਂ ਅਤੇ ਕੈਲਗਰੀ ਦੇ ਮੇਅਰ ਨੇ ਕੀਤਾ ਸਮਾਗਮ ਨੂੰ ਸੰਬੋਧਨ। ਬੌਬ ਰਾਏ ਨੇ ਖਾਲਿਸਤਾਨੀਆਂ ਦਾ ਸਮਰਥਨ ਕਰਨ 'ਤੇ ਚੁੱਕੇ ਸਵਾਲ। RCMP ਅਤੇ ਸੰਸਦ ਮੈਂਬਰਾਂ ਦੀ ਬੌਬ ਰਾਏ ਨੇ ਕੀਤੀ ਕਰੜੀ ਨਿੰਦਾ। ਟਰੱਕ ਡਰਾਈਵਰੀ ਦੇ ਨਾਲ ਭੰਗੜਾ ਸਿਖਾ ਰਿਹਾ ਹੈ ਪੰਜਾਬੀ ਨੌਜਵਾਨ। ਏਸ਼ੀਅਨ ਹੈਰੀਟੇਜ ਮੰਥ ਲਈ ਭੰਗੜੇ ਦੀ ਆਈਟਮ ਕੀਤੀ ਤਿਆਰ। ਫੈਡਰਲ ਸਰਕਾਰ ਖਰੀਦੇਗੀ ਇਤਿਹਾਸਕ ਕਿਊਬਿਕ ਬ੍ਰਿਜ। ਕੈਨੇਡੀਅਨ ਨੈਸ਼ਨਲ ਰੇਲਵੇ ਨਾਲ $1 ਬਿਲੀਅਨ ਦਾ ਇਕਰਾਰਨਾਮਾ। ਕੈਨੇਡਾ 'ਚ ਇੱਕ ਵਾਰ ਮੁੜ ਭਾਰਤ ਵਿਰੋਧੀ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕੈਨੇਡਾ ਦੀ ਪੁਲਿਸ ਅਤੇ ਪ੍ਰਸ਼ਾਸਨ ਹੁਣ ਖੁੱਲ੍ਹੇਆਮ ਉਹਨਾਂ ਲੋਕਾਂ ਦਾ ਸਮਰਥਨ ਕਰ ਰਿਹਾ ਜੋ ਭਾਰਤ ਵਿਰੁੱਧ ਝੂਠਾ ਪ੍ਰਚਾਰ ਕਰ ਰਹੇ ਨੇ। ਹਾਲ ਹੀ 'ਚ ਕੈਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ 'ਚ ਹੋਏ ਇੱਕ ਧਾਰਮਿਕ ਸਮਾਗਮ 'ਚ ਭਾਰਤ 'ਤੇ ਹੱਤਿਆਵਾਂ ਦਾ ਦੋਸ਼ ਲਗਾਉਂਦਿਆਂ ਖਾਲਿਸਤਾਨੀ ਅੱਤਵਾਦੀਆਂ ਦੇ ਨਾਮ 'ਤੇ ਤਸਵੀਰਾਂ ਵਾਲੇ ਪੋਸਟਰ ਦਿਖਾਏ ਗਏ ਸਨ। ਇਸ ਸਮਾਗਮ 'ਚ 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਮਾਸਟਰਮਾਈਂਡ ਅੱਤਵਾਦੀ ਤਲਵਿੰਦਰ ਸਿੰਘ ਪਰਮਾਰ ਨੂੰ ਵੀ ਸ਼ਹੀਦ ਵਜੋਂ ਸਨਮਾਨਿਤ ਕੀਤਾ ਗਿਆ। ਮੀਡੀਆ ਰਿਪੋਰਟਸ ਮੁਤਾਬਕ ਕੈਨੇਡੀਅਨ ਪੁਲਿਸ ਅਧਿਕਾਰੀਆਂ ਅਤੇ ਕੈਲਗਰੀ ਦੇ ਮੇਅਰ ਨੇ ਵੀ ਸਮਾਗਮ 'ਚ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਦੇ ਆਯੋਜਨ ਤੋਂ ਬਾਅਦ ਕੈਨੇਡਾ ਦੇ ਨਾਗਰਿਕਾਂ 'ਚ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਸਮਾਗਮ 'ਚ ਕੈਨੇਡੀਅਨ ਪੁਲਿਸ ਅਧਿਕਾਰੀ ਅਤੇ ਮੇਅਰ ਦੇ ਭਾਸ਼ਣ 'ਤੇ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਲਿਖਿਆ ਹੈ ਕਿ ਇਹਨਾਂ ਦੋਵਾਂ ਦਾ ਖਾਲਿਸਤਾਨੀਆਂ ਨੂੰ ਸਮਰਥਨ ਦੇਣ ਦਾ ਮਤਲਬ ਕੀ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਸਮਾਗਮ ਦਾ ਆਯੋਜਨ ਆਸਥਾ ਦੇ ਉਤਸਵ ਵਜੋਂ ਕੀਤਾ ਗਿਆ ਸੀ, ਪਰ ਇਸ ਨੇ ਸਿਆਸੀ ਰੁੱਖ ਅਪਣਾ ਲਿਆ। ਸਮਾਗਮ 'ਚ ਅੱਤਵਾਦੀ ਤਲਵਿੰਦਰ ਸਿੰਘ ਪਰਮਾਰ ਦੀ ਵਡਿਆਈ ਕੀਤੀ ਗਈ ਅਤੇ ਇਸ ਦਾ ਸਰਕਾਰੀ ਨੁਮਾਇੰਦਿਆਂ ਨੇ ਖੁੱਲ੍ਹ ਕੇ ਸਮਰਥਨ ਕੀਤਾ। ਭਾਰਤ ਪਹਿਲਾਂ ਹੀ ਕੈਨੇਡਾ ਨੂੰ ਕੱਟੜਵਾਦ ਅਤੇ ਹਿੰਸਾ ਨੂੰ ਸਿਆਸੀ ਥਾਂ ਦੇਣ ਲਈ ਤਾੜਨਾ ਕਰ ਚੁੱਕਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕੈਨੇਡਾ 'ਚ ਵੋਟ ਬੈਂਕ ਦੀ ਰਾਜਨੀਤੀ ਨੂੰ ਲੈ ਕੇ ਟਰੂਡੋ ਸਰਕਾਰ ਖਾਲਿਸਤਾਨੀ ਕੱਟੜਪੰਥੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੈਨੇਡਾ 'ਚ ਖਾਲਿਸਤਾਨ ਸਮਰਥਕ ਸਰਗਰਮ ਹੁੰਦੇ ਜਾ ਰਹੇ ਨੇ। ਇਸ ਦੌਰਾਨ ਇੱਕ ਪੱਤਰਕਾਰ ਨੇ ਸਾਬਕਾ ਸਿੱਖ ਆਗੂ ਬੌਬ ਰਾਏ ਦੀ ਇੰਟਰਵਿਊ ਕੀਤੀ, ਜਿਸ 'ਚ ਉਸਨੇ ਕੈਨੇਡੀਅਨ ਸਿਆਸਤਦਾਨਾਂ ਅਤੇ ਕੈਨੇਡੀਅਨ ਪੁਲਿਸ ਵੱਲੋਂ ਖਾਲਿਸਤਾਨੀਆਂ ਦਾ ਸਮਰਥਨ ਕੀਤੇ ਜਾਣ ਬਾਰੇ ਸਵਾਲ ਪੁੱਛਿਆ। ਇਹਨਾਂ ਸਵਾਲਾਂ ਦੇ ਜਵਾਬ 'ਚ ਬੌਬ ਰਾਏ ਨੇ ਖਾਲਿਸਤਾਨੀ ਅੱਤਵਾਦੀਆਂ ਦੀ ਵਡਿਆਈ ਕਰਨ ਵਾਲੀ ਪਰੇਡ 'ਚ ਹਿੱਸਾ ਲੈਣ ਲਈ RCMP ਅਤੇ ਸੰਸਦ ਮੈਂਬਰਾਂ ਦੀ ਨਿੰਦਾ ਕੀਤੀ। ਰਾਏ ਨੇ ਕਿਹਾ ਕਿ ਇਹ ਠੀਕ ਨਹੀਂ ਹੈ, ਅਜਿਹੇ ਸੰਘਰਸ਼ 'ਚ ਕਈ ਮਾਸੂਮਾਂ ਅਤੇ ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਪੱਤਰਕਾਰ ਨੇ ਪੁੱਛਿਆ ਕਿ ਕੈਲਗਰੀ ਦੇ ਇਤਿਹਾਸ 'ਚ ਸਭ ਤੋਂ ਘੱਟ ਪਸੰਦ ਕੀਤੇ ਜਾਣ ਵਾਲੀ ਮੇਅਰ ਜੋਤੀ ਗੁੰਡੇਕ ਅਤੇ ਐਡਮਿੰਟਨ ਦੇ ਮੇਅਰ ਅਮਰਜੀਤ ਸੋਹੀਯੇਗ ਬਿਨਾਂ ਕਿਸੇ ਰਸਮੀ ਸਿੱਖਿਆ ਦੇ ਕਿਵੇਂ ਚੁਣੇ ਗਏ? ਇਸ ਸਵਾਲ ਦੇ ਜਵਾਬ 'ਚ ਰਾਏ ਕਹਿੰਦਾ ਹੈ ਕਿ ਉਹਨਾਂ ਦੇ ਸ਼ਹਿਰ ਦੀ 10% ਆਬਾਦੀ, ਜੋ ਕਿ ਪੂਰੇ ਪੰਜਾਬ ਦੀਆਂ ਵੋਟਾਂ ਹੋ ਸਕਦੀਆਂ ਨੇ ਇਹਨਾਂ ਦੋ ਸ਼ੱਕੀ ਕਿਰਦਾਰਾਂ ਨੂੰ ਚੁਣਿਆ। ਰਾਏ ਮੁਤਾਬਕ ਸਾਰੇ ਪੰਜਾਬੀ ਕੈਨੇਡੀਅਨ ਸਿਆਸਤਦਾਨਾਂ ਨੂੰ ਵਿਸ਼ਵ ਸਿੱਖ ਸੰਗਠਨ ਨਾਮਕ ਨਾਪਾਕ ਸੰਗਠਨ ਦਾ ਸਮਰਥਨ ਕਰਨਾ ਪੈਂਦਾ ਹੈ। ਰਾਏ ਮੁਤਾਬਕ ਖਾਲਿਸਤਾਨ ਸਮਰਥਕਾਂ ਦੀ ਪਰੇਡ 'ਚ RCMP, ਅਲਬਰਟਾ, ਕੈਨੇਡੀਅਨ ਫੋਰਸਿਸ, ਕੈਲਗਰੀ ਦੇ ਮੇਅਰ ਜੋਤੀ ਗੁੰਡੇਕ, ਲਿਬਰਲ MP ਚੈਲ ਜਾਰਜ ਅਤੇ ਕੰਜ਼ਰਵੇਟਿਵ MP ਜਸਰਾਜ ਹਲਨ ਨੇ ਹਿੱਸਾ ਲਿਆ। ਤਲਵਿੰਦਰ ਸਿੰਘ ਪਰਮਾਰ ਬੱਬਰ ਖਾਲਸਾ ਦਾ ਬਾਨੀ ਅਤੇ ਕੈਨੇਡਾ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਦਾ ਸ਼ੱਕੀ ਮਾਸਟਰਮਾਈਂਡ ਹੈ, ਜਿਸ ਵਿੱਚ 300 ਤੋਂ ਵੱਧ ਲੋਕ ਮਾਰੇ ਗਏ ਸਨ। ਰਾਏ ਦੀ ਅਪੀਲ ਸੀ ਕਿ ਕੈਨੇਡਾ 'ਚ ਇਹਨਾਂ ਸੰਗਠਨਾਂ ਨੂੰ ਦੁਬਾਰਾ ਹਾਵੀ ਨਾ ਹੋਣ ਦਿੱਤਾ ਜਾਵੇ, ਤਾਂ ਜੋ ਪਰਉਪਕਾਰੀ ਹੋਣ ਦਾ ਦਾਅਵਾ ਕਰਦੇ ਨੇ ਪਰ ਨਫ਼ਰਤ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਨੇ। ਕੈਨੇਡਾ 'ਚ ਮਈ ਮਹੀਨੇ ਨੂੰ ਏਸ਼ੀਅਨ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ। ਇਸ ਤਹਿਤ ਅੱਜ ਅਸੀਂ ਇੱਕ ਅਜਿਹੇ ਪੰਜਾਬੀ ਨੌਜਵਾਨ ਬਾਰੇ ਗੱਲ ਕਰ ਰਹੇ ਹਾਂ, ਜਿਸ ਨੇ ਟਰੱਕ ਡਰਾਈਵਰੀ ਦੇ ਨਾਲ ਆਪਣੇ ਭੰਗੜੇ ਦੇ ਸ਼ੌਕ ਨੂੰ ਕਾਇਮ ਰੱਖਿਆ। ਕਰਨਦੀਪ ਸਿੰਘ ਜਦੋਂ ਟਰੱਕ ਨਹੀਂ ਚਲਾ ਰਿਹਾ ਹੁੰਦਾ, ਉਹ ਆਪਣੇ ਭੰਗੜੇ ਦੇ ਸ਼ੌਕ ਵੱਲ ਨੂੰ ਹੋ ਪੈਂਦਾ ਹੈ ਅਤੇ ਜਿਸ ਲਈ ਉਹ ਸਦਾ ਉਤਸ਼ਾਹਿਤ ਰਹਿੰਦਾ ਹੈ।
ਕਰਨਦੀਪ ਸਿੰਘ ਕਹਿੰਦਾ ਹੈ ਕਿ ਉਸ ਨੂੰ ਖੁਦ ਨਹੀਂ ਪਤਾ ਕਿ ਉਹ ਟਰੱਕ ਦੇ ਨਾਲ ਨਾਲ ਭੰਗੜੇ ਦੀਆਂ ਕਲਾਸਾਂ 'ਚ ਸੰਤੁਲਨ ਕਿਵੇਂ ਬਣਾ ਰਿਹਾ ਹੈ, ਕਿਉਂਕਿ 5 ਤੋਂ 6 ਦਿਨ ਤਾਂ ਉਹ ਟਰੱਕ 'ਤੇ ਹੁੰਦਾ ਹੈ ਪਰ ਆਪਣੇ ਟਰੱਕ ਦੇ ਸਫ਼ਰ ਦੌਰਾਨ ਵੀ ਉਸਨੂੰ ਲੋਕ ਭੰਗੜੇ ਦੀਆਂ ਕਲਾਸਾਂ ਬਾਰੇ ਮੈਸੇਜ ਕਰਦੇ ਰਹਿੰਦੇ ਨੇ ਅਤੇ ਲੋਕ ਆਪਣੇ ਬੱਚਿਆਂ ਨੂੰ ਭੰਗੜਾ ਸਿਖਾਉਣ ਲਈ ਉਸ ਨਾਲ ਸੰਪਰਕ ਕਰਦੇ ਰਹਿੰਦੇ ਨੇ। 24 ਸਾਲ ਦਾ ਕਰਨਦੀਪ ਸਸਕੈਚੁਅਨ ਦੇ ਰਜਾਈਨਾ ਆਉਣ ਤੋਂ ਪਹਿਲਾਂ ਦੁਬਈ ਰਹਿੰਦਾ ਸੀਗਾ। ਉਸਨੇ ਦੱਸਿਆ ਕਿ ਰਜਾਈਨਾ ਆ ਕੇ ਉਸਨੇ ਭੰਗੜਾ ਸਿਖਾਉਣ ਦੀ ਸੋਚੀ ਅਤੇ ਜੂਨ 2020 'ਚ ਉਸਨੇ ਭੰਗੜਾ ਕਰੂ ਰੀਜੁਆਇਨ ਨਾਂ ਦਾ ਗਰੁੱਪ ਸ਼ੁਰੂ ਕੀਤਾ। ਹੁਣ ਇਸ ਗਰੁੱਪ 'ਚ 50 ਮੈਂਬਰ ਸ਼ਾਮਲ ਹੋ ਗਏ ਨੇ, ਜਿਸ ਵਿੱਚ ਹਰ ਉਮਰ ਵਰਗ ਦੇ ਲੋਕ ਨੇ। ਉੱਤਰ ਭਾਰਤੀ ਲੋਕ ਨਾਚ ਭੰਗੜਾ ਪੰਜਾਬ ਦੇ ਮੁੱਖ ਅਤੇ ਉੱਘੇ ਲੋਕ ਨਾਚਾਂ 'ਚੋਂ ਇੱਕ ਹੈ। ਇਸ ਨਾਚ ਦਾ ਸੰਬੰਧ ਵਿਸਾਖੀ ਦੇ ਸਮੇਂ ਕਣਕ ਦੀ ਵਾਢੀ ਦੇ ਨਾਲ ਹੈ। ਉਸ ਸਮੇਂ ਲੋਕ ਖੁਸ਼ੀ 'ਚ ਭੰਗੜਾ ਪਾਉਂਦੇ ਨੇ। ਪੰਜਾਬ 'ਚ ਭੰਗੜਾ ਤਕਰੀਬਨ ਹਰ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ। ਏਸ਼ੀਅਨ ਹੈਰੀਟੇਜ ਮੰਥ ਦੇ ਮੱਦੇਨਜ਼ਰ ਭੰਗੜਾ ਕਰੂ ਰਜਾਈਨਾ ਨੇ ਖਾਸ ਤੌਰ 'ਤੇ ਭੰਗੜੇ ਦੀ ਆਈਟਮ ਤਿਆਰ ਕੀਤੀ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਸਨੇ ਕਿਊਬਿਕ ਸਿਟੀ 'ਚ ਇਤਿਹਾਸਕ ਕਿਊਬਿਕ ਬ੍ਰਿਜ ਦੀ ਜ਼ਿੰਮੇਵਾਰੀ ਆਪਣੇ ਹੱਥ ਕਰਨ ਲਈ ਕੈਨੇਡੀਅਨ ਨੈਸ਼ਨਲ ਰੇਲਵੇ ਨਾਲ $1 ਬਿਲੀਅਨ ਦਾ ਇਕਰਾਰਨਾਮਾ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਊਬਿਕ ਸਿਟੀ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਫੈਡਰਲ ਸਰਕਾਰ ਅਗਲੇ 25 ਸਾਲਾਂ 'ਚ ਪੁਲ ਦੀ ਮੁਰੰਮਤ, ਮੁੜ ਪੇਂਟ ਅਤੇ ਇਸ ਦੇ ਰੱਖ ਰਖਾਵ ਲਈ $1 ਬਿਲੀਅਨ ਖਰਚ ਕਰੇਗੀ, ਜਿਸ ਨਾਲ ਇਹ ਪੁਲ ਆਉਂਦੇ ਦਹਾਕਿਆਂ ਤੱਕ ਟਿਕਿਆ ਰਹੇਗਾ। ਕਿਊਬਿਕ ਬ੍ਰਿਜ, ਜਿਸ ਨੂੰ ਫ੍ਰੈਂਚ 'ਚ ਪੋਂਟ ਡੇ ਕਿਊਬਿਕ ਕਿਹਾ ਜਾਂਦਾ ਹੈ, ਸੇਂਟ ਲੋਰੈਂਸ ਨਦੀ 'ਤੇ ਬਣਿਆ 549 ਮੀਟਰ ਦਾ ਪੁਲ ਹੈ ਜੋ ਕਿਊਬਿਕ ਸਿਟੀ ਨੂੰ ਇਸ ਦੇ ਦੱਖਣੀ ਹਿੱਸੇ ਦੇ ਕਿਨਾਰੇ ਵਸੇ ਉਪ ਨਗਰਾਂ ਨਾਲ ਜੋੜਦਾ ਹੈ। ਇਹ ਦੁਨੀਆ ਦਾ ਸਭ ਤੋਂ ਲੰਬਾ ਕੈਂਟਲੀਵਰ ਪੁਲ ਹੈ। ਭਾਵੇਂ ਫੈਡਰਲ ਸਰਕਾਰ ਪੁਲ ਦੀ ਮਾਲਕ ਹੋਵੇਗੀ, ਇਕਰਾਰਨਾਮਾ ਕਹਿੰਦਾ ਹੈ ਕਿ ਸੀਐਨ ਅਤੇ ਕਿਊਬਿਕ ਸਰਕਾਰ ਪੁਲ 'ਤੇ ਰੇਲ ਅਤੇ ਰੋਡਵੇ ਦੀ ਜ਼ਿੰਮੇਵਾਰੀ ਅਤੇ ਮਾਲਕੀ ਨੂੰ ਬਰਕਰਾਰ ਰੱਖਣਗੀਆਂ। ਕਿਊਬਿਕ ਬ੍ਰਿਜ ਨੂੰ ਰੋਜ਼ਾਨਾ 33,000 ਵਾਹਨਾਂ ਦੁਆਰਾ ਪਾਰ ਕੀਤਾ ਜਾਂਦਾ ਹੈ। ਇਹ ਪੁਲ 1917 'ਚ ਖੋਲ੍ਹਿਆ ਗਿਆ ਸੀ ਅਤੇ ਇਸ ਨੂੰ 1995 'ਚ ਇਸ ਦੀ ਲੰਬਾਈ ਦੇ ਕਾਰਨ ਇੱਕ ਰਾਸ਼ਟਰੀ ਇਤਿਹਾਸਕ ਸਥਾਨ ਵਜੋਂ ਮਨੋਨੀਤ ਕੀਤਾ ਗਿਆ ਸੀ। ਇਹ ਉੱਤਰੀ ਅਮਰੀਕਾ 'ਚ ਨਿਕਲ ਅਤੇ ਸਟੀਲ ਦਾ ਬਣਿਆ ਪਹਿਲਾ ਵੱਡਾ ਪੁਲ ਸੀ। ਇਸ ਦਾ ਨਿਰਮਾਣ ਤ੍ਰਾਸਦੀ ਨਾਲ ਵੀ ਜੁੜਿਆ ਰਿਹਾ। 1907 'ਚ ਇਸ ਦੇ ਢਹਿਣ ਨਾਲ 76 ਮਜ਼ਦੂਰਾਂ ਦੀ ਮੌਤ ਹੋ ਗਈ ਸੀ ਅਤੇ 1916 'ਚ ਇੱਕ ਦੂਜਾ ਹਿੱਸਾ ਹੋਇਆ ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ। ਕੈਨੇਡਾ ਦੇ ਪੱਛਮੀ ਸੂਬੇ ਅਲਬਰਟਾ ਅਤੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ 6,600 ਤੋਂ ਵੱਧ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਮੀਡੀਆ ਰਿਪੋਰਟਸ ਅਨੁਸਾਰ ਵੁੱਡ ਬਫੇਲੋ ਦੀ ਖੇਤਰੀ ਨਗਰ ਪਾਲਿਕਾ ਨੇ ਸਥਾਨਕ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰਨ ਤੋਂ ਬਾਅਦ ਇੱਕ ਨਿਕਾਸੀ ਆਦੇਸ਼ ਜਾਰੀ ਕੀਤਾ ਹੈ। ਫੋਰਟ ਮੈਕਮਰੇ ਦੇ ਕਈ ਖੇਤਰਾਂ ਨੂੰ ਅੱਗ ਬੁਝਾਉਣ ਵਾਲਿਆਂ ਲਈ ਰਸਤਾ ਬਣਾਉਣ ਲਈ ਖਾਲੀ ਕਰਵਾਇਆ ਜਾ ਰਿਹਾ ਹੈ। ਖੇਤਰੀ ਫਾਇਰ ਚੀਫ ਜੋਡੀ ਬੋਟਸ ਨੇ ਕਿਹਾ ਹੈ ਕਿ ਇਸ ਆਦੇਸ਼ ਨਾਲ ਨਿਕਾਸੀ ਜ਼ੋਨ 'ਚ 6,600 ਲੋਕਾਂ ਦੇ ਪ੍ਰਭਾਵਿਤ ਹੋਣ ਦੀ ਉਮੀਦ ਹੈ। ਰਿਪੋਰਟਸ ਮੁਤਾਬਕ ਸਥਾਨਕ ਸੜਕਾਂ ਅਤੇ ਹਾਈਵੇ 'ਤੇ ਵਾਹਨਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਕੈਨੇਡੀਅਨ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਭਰ 'ਚ ਤਾਪਮਾਨ ਆਮ ਨਾਲੋਂ ਵੱਧ ਹੋਣ ਕਾਰਨ ਜੰਗਲਾਂ 'ਚ ਅੱਗ ਲੱਗਣ ਦਾ ਖਤਰਾ ਵੱਧ ਸਕਦਾ ਹੈ। ਕੈਨੇਡੀਅਨ ਨੈਸ਼ਨਲ ਫਾਇਰ ਡੇਟਾਬੇਸ ਦੇ ਅਨੁਸਾਰ 2023 'ਚ ਦੇਸ਼ ਭਰ 'ਚ 7,131 ਅੱਗਾਂ ਦਰਜ ਕੀਤੀਆਂ ਗਈਆਂ ਨੇ ਅਤੇ ਇਸ ਦੌਰਾਨ 1,72,03,625 ਹੈਕਟੇਅਰ ਜ਼ਮੀਨ ਸੜ ਗਈ ਸੀ, ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ। ਬੇਕਾਬੂ ਹੋਈ ਜੰਗਲੀ ਅੱਗ ਫੋਰਟ ਮਕਮਰੇ ਦੇ ਹੋਰ ਨਜ਼ਦੀਕ ਆਉਣ ਦੇ ਮੱਦੇਨਜ਼ਰ ਹਜ਼ਾਰਾਂ ਵਸਨੀਕ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਸ਼ਹਿਰ ਤੋਂ ਦੱਖਣ ਵੱਲ ਕੂਚ ਕਰ ਰਹੇ ਨੇ। ਮੰਗਲਵਾਰ ਦੁਪਹਿਰ ਨੂੰ ਫੋਰਟ ਮਕਮਰੇ ਦੇ ਬੀਕਨ ਹਿੱਲ, ਐਬਾਸੈਂਡ, ਪ੍ਰੇਰੀ ਕ੍ਰੀਕ ਅਤੇ ਗ੍ਰਿਲਿੰਗ ਟੈਰਿਸ ਇਲਾਕਿਆਂ 'ਚ ਘਰ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।
ਫੋਰਟ ਮਕਮਰੇ ਦੇ ਬਾਕੀ ਇਲਾਕਿਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਵਸਨੀਕਾਂ ਨੂੰ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਹੀ ਇਲਾਕਾ ਛੱਡਣ ਲਈ ਤਿਆਰ ਰਹਿਣਾ ਹੋਵੇਗਾ। ਵੁੱਡ ਬਫਲੋ ਦੀ ਰੀਜਨਲ ਮਿਊਂਸੀਪੈਲਿਟੀ ਨੇ ਸਥਾਨਕ ਲੋਕਾਂ ਨੂੰ ਲੈਕਲਾ ਵਿਸ਼ੇ ਵਿਖੇ ਇੱਕ ਇਵੈਕੂਏਸ਼ਨ ਸੈਂਟਰ 'ਚ ਪਹੁੰਚਣ ਲਈ ਆਖਿਆ ਸੀ, ਪਰ ਸ਼ਾਮੀ 7 ਵਜੇ ਮਿਊਂਸੀਪੈਲਿਟੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਇਹ ਸੈਂਟਰ ਭਰ ਗਿਆ ਅਤੇ ਘਰ ਛੱਡ ਕੇ ਆ ਰਹੇ ਲੋਕਾਂ ਨੂੰ 147 ਕਿਲੋਮੀਟਰ ਦੂਰ ਐਗਰੀਪਲੈਕਸ ਵਿਖੇ ਇੱਕ ਹੋਰ ਸੈਂਟਰ 'ਚ ਜਾਣ ਲਈ ਆਖਿਆ ਸੀ। ਐਡਮੰਟਨ ਦਾ ਕਲੀਅਰ ਵਿਊ ਕਮਿਊਨਿਟੀ ਰੈਕ ਸੈਂਟਰ ਵੀ ਜੰਗਲੀ ਅੱਗ ਕਰਕੇ ਅਸਥਾਈ ਤੌਰ 'ਤੇ ਬੇਘਰ ਹੋਏ ਲੋਕਾਂ ਨੂੰ ਸਵੀਕਾਰ ਕਰ ਰਿਹਾ ਹੈ। ਮੰਗਲਵਾਰ ਰਾਤ ਤੱਕ ਜੰਗਲ ਦੀ ਅੱਗ ਨੇ ਤਕਰੀਬਨ 21,000 ਹੈਕਟੇਅਰ ਇਲਾਕਾ ਆਪਣੀ ਲਪੇਟ 'ਚ ਲੈ ਲਿਆ ਸੀ ਅਤੇ ਬਦਲਦੀਆਂ ਹਵਾਵਾਂ ਦੇ ਵੱਧਦੇ ਤਾਪਮਾਨ ਕਰਕੇ ਇਹ ਅੱਗ ਹੋਰ ਫੈਲ ਰਹੀ ਹੈ ਅਤੇ ਸ਼ਹਿਰ ਦੇ ਹੋਰ ਨਜ਼ਦੀਕ ਹੁੰਦੀ ਜਾ ਰਹੀ ਹੈ। ਐਬਾਸੈਂਟ 'ਚ ਰਹਿਣ ਵਾਲੀ ਅਤੇ ਮਰੀਨਾ ਬਾਰਨਸ ਦੇ ਦੱਸਿਆ ਹੈ ਕਿ ਉਸ ਨੂੰ ਆਪਣੀ ਬਾਲਕੋਨੀ ਤੋਂ ਅੱਗ ਦੀਆਂ ਲਾਟਾਂ ਦਿਸਣ ਵਾਲੀ ਸੰਤਰੀ ਰੌਸ਼ਨੀ ਨਜ਼ਰ ਆ ਰਹੀ ਹੈ। ਉਸ ਨੇ ਕਿਹਾ ਕਿ ਜੇ ਅੱਗ ਇੱਥੇ ਤੱਕ ਆਉਂਦੀ ਹੈ ਤਾਂ ਉਸ ਦੀ ਬਿਲਡਿੰਗ ਲਪੇਟ 'ਚ ਆਉਣ ਵਾਲੀਆਂ ਪਹਿਲੀਆਂ ਇਮਾਰਤਾਂ 'ਚੋਂ ਹੋਵੇਗੀ। ਫੋਰਟ ਮਕਮਰੇ ਦੇ ਕੁਝ ਵਸਨੀਕਾਂ ਲਈ ਘਰ ਛੱਡਣਾ ਬਹੁਤ ਪਰੇਸ਼ਾਨੀਪੂਰਨ ਅਨੁਭਵ ਹੈ। ਐਲੈਕਸ ਮੋਟਲੌਕ ਨੇ ਕਿਹਾ ਕਿ ਉਸ ਨਾਲ 6 ਸਾਲ ਤੋਂ ਘੱਟ ਉਮਰ 'ਚ 2 ਬੱਚੇ ਨੇ। ਐਲੈਕਸ ਨੇ ਕਿਹਾ ਕਿ ਬੱਚੇ ਪੁੱਛਦੇ ਨੇ ਕਿ ਘਰ ਕਿਉਂ ਛੱਡ ਰਹੇ ਹਾਂ, ਪਰ ਉਹਨਾਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ 2 ਸਾਲਾ ਪਾਇਲਟ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ, ਜਿਸ ਤਹਿਤ ਸਕੂਲ ਟਾਈਮ ਤੋਂ ਪਹਿਲਾਂ ਅਤੇ ਬਾਅਦ 'ਚ ਬੱਚਿਆਂ ਦੀ ਦੇਖਭਾਲ ਲਈ ਸਕੂਲਾਂ ਨੂੰ ਚਾਈਲਡ ਕੇਅਰ ਥਾਵਾਂ ਨਾਲ ਜੋੜਿਆ ਜਾਵੇਗਾ। ਸੂਬੇ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਮਾਪਿਆਂ ਅਤੇ ਗਾਰਜੀਅਨਸ ਨੂੰ ਸਕੂਲ ਅਤੇ ਡੇ ਕੇਅਰ ਸੁਵਿਧਾਵਾਂ ਵਿਚਕਾਰ ਬੱਚਿਆਂ ਨੂੰ ਆਉਣ ਜਾਣ ਲਈ ਲੱਗਣ ਵਾਲੇ ਸਮੇਂ ਅਤੇ ਪੈਸੇ ਦੀ ਬੱਚਤ ਕਰੇਗਾ। ਇਸ ਪ੍ਰੋਗਰਾਮ ਦਾ ਐਲਾਨ ਅੱਜ ਕੀਤਾ ਗਿਆ ਜੋ ਕਿ ਸਤੰਬਰ ਮਹੀਨੇ ਤੋਂ 3 ਸਕੂਲੀ ਜ਼ਿਲ੍ਹੇ ਚਿਲੀਵੈਕ, ਨਾਨੀਮੋ, ਲੇਡੀ ਸਮਿਥ ਅਤੇ ਨਚੇਕੋ ਲੇਕਸ 'ਚ ਲਾਗੂ ਹੋ ਜਾਵੇਗਾ। ਸਕੂਲ ਦੇ ਸਪੋਰਟਸ ਸਟਾਫ ਵੱਲੋਂ ਬੱਚਿਆਂ ਦੀ ਸਕੂਲ ਤੋਂ ਪਹਿਲਾਂ ਅਤੇ ਬਾਅਦ 'ਚ ਸਾਂਭ ਸੰਭਾਲ ਕੀਤੀ ਜਾਵੇਗੀ। ਐਜੂਕੇਸ਼ਨ ਅਤੇ ਚਾਈਲਡ ਕੇਅਰ ਵੱਲੋਂ $2 million ਤੋਂ ਵੱਧ ਦੀ ਰਾਸ਼ੀ ਅਗਲੇ 2 ਸਾਲਾਂ 'ਚ ਮੁਹੱਈਆ ਕਰਵਾਈ ਜਾਵੇਗੀ। ਇਸ ਪਾਇਲਟ ਪ੍ਰੋਜੈਕਟ ਦੇ ਤਹਿਤ 180 ਨਵੀਆਂ ਅਤੇ ਕਿਫਾਇਤੀ ਚਾਈਲਡ ਕੇਅਰ ਥਾਵਾਂ ਬਣਾਈਆਂ ਜਾਣਗੀਆਂ। ਚੀਨ ਤੋਂ ਮਾਲ ਦੀ ਡੰਪਿੰਗ ਨੂੰ ਰੋਕਣ ਲਈ ਭਾਰਤ ਕੋਲ ਇੱਕ ਮਜ਼ਬੂਤ ਸੰਸਥਾਗਤ ਤੰਤਰ ਹੈ। ਇਸ ਦੀ ਵਰਤੋਂ ਇਲੈਕਟ੍ਰੋਨਿਕ ਗੱਡੀਆਂ ਵਰਗੇ ਕੁਝ ਚੀਨ 'ਚ ਬਣੇ ਸਮਾਨਾਂ 'ਤੇ ਡਿਊਟੀ ਵਧਾਉਣ ਦੇ ਅਮਰੀਕਾ ਦੇ ਪ੍ਰਸਤਾਵ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। ਇੱਕ ਸਰਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਸਰਚ ਇੰਸਟੀਚਿਊਟ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਅਤੇ ਚੀਨ ਵਿਚਾਲੇ ਵੱਧਦੀ ਵਪਾਰ ਜੰਗ ਚੀਨ ਨੂੰ ਆਪਣਾ ਸਮਾਨ ਭਾਰਤੀ ਬਾਜ਼ਾਰ 'ਚ ਸੁੱਟਣ ਲਈ ਮਜਬੂਰ ਕਰ ਸਕਦਾ ਹੈ। ਅਮਰੀਕਾ ਨੇ ਮੰਗਲਵਾਰ ਨੂੰ ਚੀਨੀ ਇਲੈਕਟ੍ਰਿਕ ਗੱਡੀਆਂ, ਐਡਵਾਂਸਡ ਬੈਟਰੀਆਂ, ਸੋਲਰ ਸੈੱਲ, ਸਟੀਲ, ਐਲੂਮੀਨੀਅਮ ਅਤੇ ਮੈਡੀਕਲ ਉਪਕਰਣਾਂ 'ਤੇ ਨਵੇਂ ਆਯਾਤ ਟੈਰਿਫ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ। ਇਹ 4 ਸਾਲ 'ਚ ਇੱਕ ਅਜਿਹਾ ਕਦਮ ਹੈ ਜਿਸ ਨਾਲ ਦੁਨੀਆ ਦੀਆਂ 2 ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚਾਲੇ ਤਣਾਅ ਵਧਣ ਦੀ ਸੰਭਾਵਨਾ ਹੈ। ਅਧਿਕਾਰੀ ਨੇ ਕਿਹਾ, ਸਾਡੀ ਆਪਣੀ ਪ੍ਰਭਾਵਸ਼ਾਲੀ ਐਂਟੀ ਡੰਪਿੰਗ ਪ੍ਰਣਾਲੀ ਹੈ, ਇਸ ਲਈ ਜੇ ਕੋਈ ਆਪਣਾ ਸਮਾਨ ਡੰਪ ਕਰਨਾ ਚਾਹੁੰਦਾ ਹੈ ਤਾਂ ਸਾਡੇ ਕੋਲ ਇਸ ਨੂੰ ਵੇਖਣ ਲਈ ਸਾਰੇ ਸੰਸਥਾਗਤ ਪ੍ਰਬੰਧ ਨੇ। ਅਸੀਂ ਸਥਿਤੀ ਦੇ ਅਨੁਸਾਰ ਕਦਮ ਚੁੱਕਾਂਗੇ। DGTR ਵਣਜ ਮੰਤਰਾਲੇ ਦੀ ਜਾਂਚ ਸ਼ਾਖਾ ਹੈ। ਇਹ ਐਂਟੀ ਡੰਪਿੰਗ ਡਿਊਟੀ, ਸੇਫਗਾਰਡ ਡਿਊਟੀ ਅਤੇ ਮੁਆਵਜ਼ਾ ਡਿਊਟੀ ਨਾਲ ਸੰਬੰਧਿਤ ਮਾਮਲਿਆਂ ਨਾਲ ਸੰਬੰਧਿਤ ਹੈ। ਉਹਨਾਂ ਕਿਹਾ, ਬਹੁਤ ਸਾਰੇ ਦੇਸ਼ ਸਮਰੱਥਾ ਦਾ ਨਿਰਮਾਣ ਕਰਕੇ ਚੀਨ 'ਤੇ ਆਪਣੀ ਨਿਰਭਰਤਾ ਘਟਾਉਣਾ ਚਾਹੁੰਦੇ ਨੇ, ਖਾਸ ਕਰਕੇ ਆਟੋਮੋਬਾਈਲ ਵਰਗੇ ਮਹੱਤਵਪੂਰਨ ਖੇਤਰਾਂ ਲਈ। ਭਾਰਤ ਵੀ ਇਸੇ ਨੀਤੀ ਦੀ ਪਾਲਣਾ ਕਰ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਅਸੀਂ ਆਪਣੀਆਂ ਸਮਰੱਥਾਵਾਂ ਵੀ ਵਧਾ ਰਹੇ ਹਾਂ, ਅਸੀਂ ਕਈ ਉਪਾਅ ਵੀ ਕਰ ਰਹੇ ਹਾਂ ਤਾਂ ਜੋ ਭਾਰਤ ਨੂੰ ਆਟੋਮੋਬਾਈਲ ਵਰਗੇ ਮਹੱਤਵਪੂਰਨ ਖੇਤਰਾਂ ਲਈ ਇੱਕ ਦੇਸ਼ ਦੇ ਸਰੋਤ 'ਤੇ ਨਿਰਭਰ ਨਾ ਹੋਣਾ ਪਵੇ। H-1B ਵੀਜ਼ਾ 'ਤੇ ਅਮਰੀਕਾ ਜਾਣ ਵਾਲੇ ਸੋਫਟਵੇਅਰ ਇੰਜੀਨੀਅਰਸ ਅਤੇ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।
ਹੁਣ ਉਹ ਨੌਕਰੀ ਗੁਆਉਣ ਤੋਂ ਬਾਅਦ ਵੀ ਲਗਭਗ 1 ਸਾਲ ਤੱਕ ਅਮਰੀਕਾ 'ਚ ਰਹਿ ਸਕਣਗੇ। ਪਹਿਲਾਂ ਉਹਨਾਂ ਨੂੰ 60 ਦਿਨ ਦੇ ਅੰਦਰ ਦੇਸ਼ ਛੱਡਣਾ ਪੈਂਦਾ ਸੀਗਾ। ਇਸ ਨਾਲ ਵੱਡੀ ਗਿਣਤੀ 'ਚ ਅਮਰੀਕਾ ਰਹਿੰਦੇ ਪੰਜਾਬੀਆਂ ਨੂੰ ਵੀ ਲਾਭ ਮਿਲੇਗਾ ਜਿਹੜੇ ਕਿਸੇ ਕਾਰਨ ਅਮਰੀਕਾ 'ਚ ਨੌਕਰੀ ਜਾਣ ਪਿੱਛੋਂ ਮੁਸੀਬਤ 'ਚ ਘਿਰ ਜਾਂਦੇ ਸਨ। ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਨੇ ਇਸ ਸੰਬੰਧੀ ਇੱਕ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਸ ਸਾਲ ਦੇ ਸ਼ੁਰੂ 'ਚ ਗੂਗਲ, ਟੈਸਲਾ ਅਤੇ ਵਾਲਮਾਰਟ ਨੇ ਵੱਡੇ ਪੱਧਰ 'ਤੇ ਛਾਂਟੀ ਕੀਤੀ ਸੀ। ਨੌਕਰੀ ਤੋਂ ਕੱਢੇ ਗਏ ਲੋਕਾਂ ਨੂੰ ਹੁਣ ਗ੍ਰੇਸ ਪੀਰੀਅਡ ਮਿਲੇਗਾ। ਇਸ ਦੌਰਾਨ ਉਹਨਾਂ ਨੂੰ ਆਪਣੇ ਨੋਮੀਨੀ ਮਾਈਗ੍ਰੈਂਟ ਸਟੇਟਸ 'ਚ ਤਬਦੀਲੀ ਲਈ ਇੱਕ ਅਰਜ਼ੀ ਜਮ੍ਹਾਂ ਕਰਵਾਉਣੀ ਪਵੇਗੀ। ਇਹਨਾਂ ਅਰਜ਼ੀਆਂ ਤੋਂ ਬਾਅਦ ਉਹਨਾਂ ਦੀ ਰਿਆਇਤ ਮਿਆਦ ਵਧਾਈ ਜਾਂਦੀ ਰਹੇਗੀ। ਜਿਵੇਂ ਹੀ H-1B ਵੀਜ਼ਾ ਧਾਰਕ ਨਵੀਂ ਕੰਪਨੀ ਨਾਲ ਕੰਮ ਕਰਨਾ ਸ਼ੁਰੂ ਕਰੇਗਾ, ਉਸ ਨੂੰ H-1B ਵੀਜ਼ਾ ਲਈ ਨਵੀਂ ਅਰਜ਼ੀ ਜਮ੍ਹਾਂ ਕਰਨੀ ਪਵੇਗੀ। ਨਵਾਂਸ਼ਹਿਰ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਕਰੀਬ 1 ਸਾਲ ਪਹਿਲਾਂ ਡੰਕੀ ਲਾ ਕੇ ਅਮਰੀਕਾ ਗਏ 30 ਸਾਲਾ ਤੀਰਥ ਸਿੰਘ ਵਾਸੀ ਪਿੰਡ ਮਹਿੰਦੀਪੁਰ ਦੀ ਕੱਲ੍ਹ ਮੌਤ ਹੋਣ ਦੀ ਖਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਦੁੱਖ ਦੀ ਘੜੀ 'ਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਨਾਲ ਨਾਲ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਗਹਿਰਾ ਸ਼ੋਕ ਜਤਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਦੱਸਿਆ ਕਿ ਤੀਰਥ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਕਰੀਬ 1 ਸਾਲ ਪਹਿਲਾਂ ਡੰਕੀ ਲਾ ਕੇ ਅਮਰੀਕਾ ਗਿਆ ਸੀ, ਜਿੱਥੇ ਉਸ ਦੀ ਸਿਹਤ ਖਰਾਬ ਹੋਣ ਕਾਰਨ ਉਸ ਦੀ ਮੌਤ ਦੀ ਖਬਰ ਆਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਤੀਰਥ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ। ਓਹਾਈਓ ਸਟੇਟ ਦੀ ਬਟਲਰ ਕਾਉਂਟੀ ਅਦਾਲਤ ਦੇ ਵੱਲੋਂ 4 ਲੋਕਾਂ ਦੀ ਮੌਤ 'ਚ ਦੋਸ਼ੀ ਪਾਏ ਗਏ ਗੁਰਪ੍ਰੀਤ ਸਿੰਘ ਨੂੰ 3 ਜੱਜਾਂ ਦੇ ਪੈਨਲ ਨੇ ਮੌਤ ਦੀ ਸਜ਼ਾ ਸੁਣਾਈ ਹੈ। 2019 'ਚ ਓਹਾਈਓ ਸਟੇਟ ਦੇ ਸ਼ਹਿਰ ਵਿਸਚੈਸਟਰ 'ਚ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਉਸਦੀ ਪਤਨੀ ਸ਼ਲਿੰਦਰ ਕੌਰ, ਸਹੁਰਾ ਹਕੀਕਤ ਸਿੰਘ ਪਨਾਗ, ਸੱਸ ਪਰਮਜੀਤ ਕੌਰ ਪਨਾਗ, ਪਤਨੀ ਦੀ ਮਾਸੀ ਅਮਰਜੀਤ ਕੌਰ ਨੂੰ ਆਪਣੇ ਅਪਾਰਟਮੈਂਟ 'ਚ ਗੋਲੀਆਂ ਮਾਰ ਕੇ ਮੁਕਾਉਣ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਵਕੀਲ ਮਾਈਕ ਗਮੋਸਰ ਨੇ ਕਿਹਾ ਹੈ ਕਿ ਗੁਰਪ੍ਰੀਤ ਸਿੰਘ ਦਾ ਕਿਸੇ ਹੋਰ ਜਨਾਨੀ ਨਾਲ ਇੰਡੀਅਨ ਐਪਲਸ 'ਚ ਅਫੇਅਰ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਘਰ 'ਚ ਲੜਾਈ ਝਗੜਾ ਚੱਲ ਰਿਹਾ ਸੀਗਾ। ਗੁਰਪ੍ਰੀਤ ਨੇ ਇੱਕ ਸਾਜਿਸ਼ ਦੇ ਅਧੀਨ ਆਪਣੇ ਰਸਤੇ ਦੇ ਕੰਢੇ ਸਾਫ਼ ਕਰਨ ਲਈ ਇਸ ਸੰਗੀਨ ਜੁਰਮ ਨੂੰ ਅੰਜਾਮ ਦਿੱਤਾ। ਇਸ ਪੂਰੇ ਟ੍ਰਾਇਲ ਦੌਰਾਨ ਗੁਰਪ੍ਰੀਤ ਆਪਣੇ ਆਪ ਨੂੰ ਨਿਰਦੋਸ਼ ਦੱਸਦਾ ਰਿਹਾ, ਪਰ ਸਾਰੇ ਸਬੂਤ ਇਹ ਦੱਸਦੇ ਨੇ ਕਿ ਗੁਰਪ੍ਰੀਤ ਸਿੰਘ ਕਤਲ ਦੀ ਵਾਰਦਾਤ ਮੌਕੇ ਆਪਣੇ ਅਪਾਰਟਮੈਂਟ 'ਚ ਵਾਰਦਾਤ ਵਾਲੀ ਜਗ੍ਹਾ 'ਤੇ ਮੌਜੂਦ ਸੀ। ਸਰਕਾਰੀ ਵਕੀਲ ਨੇ ਕਿਹਾ ਕਿ ਅਗਰ ਦੋਸ਼ੀ ਆਪਣਾ ਜੁਰਮ ਕਬੂਲ ਕਰ ਲੈਂਦਾ ਤਾਂ ਉਸਨੂੰ ਉਮਰ ਕੈਦ ਹੋਣੀ ਸੀਗੀ, ਪਰ ਹੁਣ ਸਬੂਤਾਂ ਕਰਕੇ ਉਸਨੂੰ ਦੋਸ਼ੀ ਸਾਬਤ ਕੀਤਾ ਗਿਆ ਅਤੇ ਇਸ ਦੀ ਸਜ਼ਾ ਮੌਤ ਹੀ ਬਣਦੀ ਹੈ। ਇਸ ਮੌਕੇ ਓਹਾਈਓ ਸਟੇਟ 'ਚ 1-to-1 ਦੋਸ਼ੀ ਲੀਥਲ ਇੰਜੈਕਸ਼ਨ ਨਾਲ ਮਰਨ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਨੇ। ਗੁਰਪ੍ਰੀਤ ਸਿੰਘ ਡੈਥ ਰੋ 'ਚ ਸਜ਼ਾ ਪਾਉਣ ਵਾਲਾ ਅਗਲਾ ਵਿਅਕਤੀ ਲਾਈਨ 'ਚ ਲੱਗ ਗਿਆ ਹੈ। ਹਾਲ ਹੀ 'ਚ ਨੇਚਰ ਕਮਿਊਨੀਕੇਸ਼ਨ ਜਰਨਲ 'ਚ ਇੱਕ ਅਧਿਐਨ ਪ੍ਰਕਾਸ਼ਿਤ ਹੋਇਆ ਹੈ। ਇਸ ਨਵੇਂ ਅਧਿਐਨ 'ਚ ਕਿਹਾ ਗਿਆ ਹੈ ਕਿ 2023 ਪਿਛਲੇ 2000 ਸਾਲਾਂ 'ਚ ਸਭ ਤੋਂ ਗਰਮ ਰਿਹਾ। ਵਿਗਿਆਨੀਆਂ ਨੇ ਇਸ ਵੱਧਦੇ ਤਾਪਮਾਨ ਲਈ ਗਲੋਬਲ ਵਾਰਮਿੰਗ ਨੂੰ ਜ਼ਿੰਮੇਵਾਰ ਠਹਿਰਾਇਆ। ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਸਹੀ ਸਮੇਂ 'ਤੇ ਵੱਧਦੇ ਤਾਪਮਾਨ 'ਤੇ ਕਾਬੂ ਨਾ ਪਾਇਆ ਗਿਆ ਤਾਂ ਇਸ ਕਾਰਨ 2050 ਤੱਕ ਕਰੋੜਾਂ ਲੋਕਾਂ ਨੂੰ ਖਤਰਨਾਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਹੁਣ ਤੱਕ ਦੇ ਸਭ ਤੋਂ ਗਰਮ ਸਾਲ ਦਾ ਰਿਕਾਰਡ ਸਾਲ 2023 ਦਾ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ 1850 ਤੋਂ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ 2023 ਵਿਸ਼ਵ ਪੱਧਰ 'ਤੇ ਸਭ ਤੋਂ ਗਰਮ ਸਾਲ ਸੀ। ਵਿਗਿਆਨੀਆਂ ਨੇ ਇਸ ਵੱਧਦੇ ਤਾਪਮਾਨ ਲਈ ਗਲੋਬਲ ਵਾਰਮਿੰਗ ਨੂੰ ਜ਼ਿੰਮੇਵਾਰ ਠਹਿਰਾਇਆ। ਵਿਗਿਆਨੀਆਂ ਨੇ ਪਹਿਲੀ ਸਦੀ ਈਸਵੀ 1850 ਦੇ ਵਿਚਕਾਰ ਗਲੋਬਲ ਤਾਪਮਾਨ ਦਾ ਅੰਦਾਜ਼ਾ ਲਗਾਉਣ ਲਈ ਉੱਤਰੀ ਗੋਲਿਸੀ ਫਾਇਰ ਤੋਂ ਟ੍ਰਿੰਗ ਡੇਟਾ ਦੀ ਵਰਤੋਂ ਕੀਤੀ। ਅਨੁਮਾਨਾਂ ਨੇ ਪਾਇਆ ਕਿ 2023 ਘੱਟੋ ਘੱਟ 0.5 ਡਿਗਰੀ ਸੈਲਸੀਅਸ ਗਰਮ ਸੀ। ਅਧਿਐਨ ਦੇ ਖੋਜਕਰਤਾਵਾਂ ਨੇ ਕਿਹਾ ਕਿ ਪਿਛਲੇ 28 ਸਾਲਾਂ 'ਚੋਂ 25 ਸਾਲਾਂ ਦੀਆਂ ਗਰਮੀਆਂ AD 246 ਦੇ ਪੱਧਰ ਨੂੰ ਵੀ ਪਾਰ ਕਰ ਚੁੱਕੀਆਂ ਨੇ।
ਜੋ ਕਿ ਆਧੁਨਿਕ ਤਾਪਮਾਨ ਰਿਕਾਰਡ ਸ਼ੁਰੂ ਹੋਣ ਤੋਂ ਪਹਿਲਾਂ ਸਭ ਤੋਂ ਗਰਮ ਸਾਲ ਸੀ। ਇਸ ਦੇ ਉਲਟ 2000 ਸਾਲਾਂ 'ਚ ਸਭ ਤੋਂ ਵੱਧ ਗਰਮੀ ਇੱਕ ਵੱਡੇ ਜਵਾਲਾਮੁਖੀ ਫਟਣ ਕਾਰਨ ਉੱਤਰੀ ਹੈਮੀਸਫੀਅਰ 'ਚ ਸੀ, ਜੋ ਕਿ 2023 ਦੇ ਗਰਮੀਆਂ ਦੇ ਤਾਪਮਾਨ ਨਾਲੋਂ ਲਗਭਗ 4 ਡਿਗਰੀ ਘੱਟ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਵਾਲਾਮੁਖੀ ਦੀ ਗਤੀਵਿਧੀ ਭਵਿੱਖ 'ਚ ਤਾਪਮਾਨ 'ਚ ਗਿਰਾਵਟ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ ਇਹ ਮੁਸ਼ਕਲ ਹੈ ਕਿਉਂਕਿ ਮਨੁੱਖਾਂ ਦੁਆਰਾ ਵਾਤਾਵਰਣ 'ਚ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਗਰਮੀ ਨੂੰ ਬਰਕਰਾਰ ਰੱਖੇਗਾ। ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਵੱਧਦੇ ਤਾਪਮਾਨ ਅਤੇ ਵੱਧਦੀ ਆਬਾਦੀ ਕਾਰਨ 2050 ਤੱਕ ਕਰੋੜਾਂ ਬਜ਼ੁਰਗਾਂ ਨੂੰ ਖਤਰਨਾਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਜਰਨਲ 'ਚ ਕਿਹਾ ਗਿਆ ਹੈ ਕਿ ਪਹਿਲਾਂ ਹੀ 14% ਬਜ਼ੁਰਗ 37.5 ਡਿਗਰੀ ਤੋਂ ਵੱਧ ਤਾਪਮਾਨ ਦੇ ਸੰਪਰਕ 'ਚ ਨੇ। ਇਸ ਨਾਲ ਸਿਹਤ 'ਤੇ ਵੱਡਾ ਅਸਰ ਪੈ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ। ਇਹ ਸੰਖਿਆ ਸਦੀ ਦੇ ਅੱਧ ਤੱਕ 23% ਤੱਕ ਪਹੁੰਚਣ ਦੀ ਉਮੀਦ ਹੈ। ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਉੱਪਰ ਬੁੱਧਵਾਰ ਨੂੰ ਗੋਲੀਆਂ ਨਾਲ ਹਮਲਾ ਕੀਤਾ ਗਿਆ। ਜਾਨਲੇਵਾ ਹਮਲੇ ਦੇ ਨਾਲ ਫੀਕੋ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇੱਕ ਈਮੇਲ ਬਿਆਨ ਦੇ ਅਨੁਸਾਰ 59 ਸਾਲ ਦੇ ਫੀਕੋ ਨੂੰ ਹੈਂਡਲੋਵਾ ਕਸਬੇ 'ਚ ਇੱਕ ਆਫ ਸਾਈਟ ਸਰਕਾਰੀ ਮੀਟਿੰਗ ਤੋਂ ਬਾਅਦ ਕਈ ਗੋਲੀਆਂ ਮਾਰੀਆਂ ਗਈਆਂ। ਦਫ਼ਤਰ ਨੇ ਕਿਹਾ ਕਿ ਫੀਕੋ ਨੂੰ ਤੁਰੰਤ ਇਲਾਜ ਲਈ ਨੇੜਲੇ ਬੰਸਕਾ ਬਿਸਟ੍ਰਿਕਾ ਦੇ ਮੁੱਖ ਹਸਪਤਾਲ 'ਚ ਲਿਜਾਇਆ ਗਿਆ ਸੀ, ਕਿਉਂਕਿ ਦੇਸ਼ ਦੀ ਰਾਜਧਾਨੀ ਬ੍ਰੈਟਿਸਲਾਵਾ ਹੈਂਡਲੋਵਾ ਸ਼ਹਿਰ ਤੋਂ 150 ਕਿਲੋਮੀਟਰ ਦੂਰ ਹੈ, ਜੋ ਕਿ ਬਹੁਤ ਜ਼ਿਆਦਾ ਸੀ। ਇੱਕ ਪੋਸਟ 'ਚ ਕਿਹਾ ਗਿਆ ਕਿ ਇੱਕ ਗੰਭੀਰ ਇਲਾਜ ਦੀ ਜ਼ਰੂਰਤ ਕਾਰਨ ਬ੍ਰੈਟਿਸਲਾਵਾ ਜਾਣ 'ਚ ਬਹੁਤ ਸਮਾਂ ਲੱਗਣਾ ਸੀ, ਅਗਲੇ ਕੁਝ ਘੰਟੇ ਨਿਰਣਾਇਕ ਹੋਣਗੇ। ਇੱਕ ਸਲੋਵਾਕੀ ਟੀਵੀ ਸਟੇਸ਼ਨ TA3 ਦੀਆਂ ਰਿਪੋਰਟਸ 'ਚ ਕਿਹਾ ਗਿਆ ਕਿ ਫੀਕੋ ਦੇ ਪੇਟ 'ਚ ਗੋਲੀ ਲੱਗੀ ਹੈ। ਰਿਪੋਰਟ 'ਚ ਕਿਹਾ ਗਿਆ ਕਿ ਪੁਲਿਸ ਨੇ ਘਟਨਾ ਸਥਾਨ ਨੂੰ ਸੀਲ ਕਰ ਦਿੱਤਾ ਹੈ ਅਤੇ ਇੱਕ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਹੈ। ਸਲੋਵਾਕ ਦੀ ਨਿਊਜ਼ ਏਜੰਸੀ TASR ਅਨੁਸਾਰ ਸਲੋਵਾਕੀਆ ਦੀ ਪਾਰਲੀਮੈਂਟ ਦੇ ਡਿਪਟੀ ਸਪੀਕਰ ਲੁਬੋਸ ਬਲਾਹਾ ਨੇ ਸਦਨ ਦੇ ਸੈਸ਼ਨ ਦੌਰਾਨ ਘਟਨਾ ਦੀ ਪੁਸ਼ਟੀ ਕੀਤੀ ਅਤੇ ਅਗਲੇ ਨੋਟਿਸ ਤੱਕ ਇਸ ਨੂੰ ਮੁਲਤਵੀ ਕਰ ਦਿੱਤਾ। ਸਲੋਵਾਕੀ ਰਾਸ਼ਟਰਪਤੀ ਜੁਜ਼ਾਨਾ ਕੈਪਟੋਵਾ ਨੇ ਪ੍ਰਧਾਨ ਮੰਤਰੀ 'ਤੇ ਹੋਏ ਨਿਰਹਿਮ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਫੀਕੋ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਗਈ ਹੈ। ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੋਨ ਡੇਰ ਲੇਅਨ ਸਮੇਤ ਕਈ ਦੇਸ਼ਾਂ ਦੇ ਲੀਡਰਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਗੋਲੀਬਾਰੀ ਯੂਰਪੀ ਸੰਸਦ ਦੀਆਂ ਚੋਣਾਂ ਤੋਂ 3 ਹਫ਼ਤੇ ਪਹਿਲਾਂ ਹੋਈ ਹੈ। ਪਿਛਲੇ ਸਾਲ ਦੇ ਅਖੀਰ 'ਚ ਹੋਈਆਂ ਚੋਣਾਂ ਦੇ ਨਤੀਜੇ ਤੋਂ ਬਾਅਦ ਫੀਕੋ ਦਾ ਇਹ ਪ੍ਰਧਾਨ ਮੰਤਰੀ ਵਜੋਂ 3ਰਾ ਕਾਰਜਕਾਲ ਹੈ। ਇਹ ਸਨ ਹੁਣ ਤੱਕ ਦੀਆਂ ਖ਼ਬਰਾਂ ਅਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ। ਕੈਨੇਡਾ ਖੁੱਲ੍ਹੇਆਮ ਕਰਨ ਲੱਗਾ ਭਾਰਤ ਵਿਰੋਧੀ ਸਰਗਰਮੀਆਂ ਦਾ ਸਮਰਥਨ। ਪੁਲਿਸ ਅਧਿਕਾਰੀਆਂ ਅਤੇ ਕੈਲਗਰੀ ਦੇ ਮੇਅਰ ਨੇ ਕੀਤਾ ਸਮਾਗਮ ਨੂੰ ਸੰਬੋਧਨ। ਬੌਬ ਰਾਏ ਨੇ ਖਾਲਿਸਤਾਨੀਆਂ ਦਾ ਸਮਰਥਨ ਕਰਨ 'ਤੇ ਚੁੱਕੇ ਸਵਾਲ। RCMP ਅਤੇ ਸੰਸਦ ਮੈਂਬਰਾਂ ਦੀ ਬੌਬ ਰਾਏ ਨੇ ਕੀਤੀ ਕਰੜੀ ਨਿੰਦਾ। ਟਰੱਕ ਡਰਾਈਵਰੀ ਦੇ ਨਾਲ ਭੰਗੜਾ ਸਿਖਾ ਰਿਹਾ ਹੈ ਪੰਜਾਬੀ ਨੌਜਵਾਨ। ਏਸ਼ੀਅਨ ਹੈਰੀਟੇਜ ਮੰਥ ਲਈ ਭੰਗੜੇ ਦੀ ਆਈਟਮ ਕੀਤੀ ਤਿਆਰ। ਫੈਡਰਲ ਸਰਕਾਰ ਖਰੀਦੇਗੀ ਇਤਿਹਾਸਕ ਕਿਊਬਿਕ ਬ੍ਰਿਜ। ਕੈਨੇਡੀਅਨ ਨੈਸ਼ਨਲ ਰੇਲਵੇ ਨਾਲ $1 ਬਿਲੀਅਨ ਦਾ ਇਕਰਾਰਨਾਮਾ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।